ਇਹਨਾਂ ਨੂੰ ਕਰਕੇ ਦੇਖੋ ਕਿ ਦੁਨੀਆਂ ਦੇ ਵਿੱਚ ਨਾ ਲੋਕ ਆ ਕੇ ਸਾਰੀ ਉਮਰ ਦੇਖੋ ਕੌਣ ਕਹਿੰਦੇ ਸੀ ਕਿਹਨੂੰ ਪੈਸਾ ਨਹੀਂ ਪਿਆਰਾ, ਬੰਦਾ ਕਹਿੰਦਾ ਜੀ ਗਿਫਟ ਦੇ ਕੇ ਜਾਈਓ, ਪ੍ਰਾਈਜ਼ ਦੇ ਕੇ ਜਾਈਓ ਯਾਰ। ਰਿੰਪੀ ਦੀਦੀ ਵੱਲੋਂ 1 ਲੱਖ ਰੁਪਈਆ, 1 ਲੱਖ। ਅਗਲਾ ਗਿਫਟ ਹੈਗਾ ਵਾ ਪਾਇਲ ਦੀਦੀ ਤੇ ਗੋਲੂ ਦੀਦੀ ਆਏ ਸੀਗੇ, ਤੁਸੀਂ ਸਾਰਿਆਂ ਨੇ ਵੀ ਵਲੌਗ 'ਚ ਦੇਖਿਆ ਹੋਣਾ। ਜਿਨਕੀ ਮੈਰਿਜ ਐਨੀਵਰਸਰੀ ਹੈ, ਇੱਕ ਛੋਟੀ ਚੀਜ਼ ਹੋ ਗਈ ਸ਼ਾਇਦ, ਫਿਰ ਵੀ ਮੈਂ ਕਹਿ ਰਹੀ ਕਿ ਆਪ ਕੀਜੀਏ, ਪਲੀਜ਼ ਹੈਵ ਅ ਸੀਟ, ਹੈਵ ਅ ਸੀਟ, ਸਾਰੇ ਦੀ ਕਿਰਾਵਾ। ਕਿਆ ਕਿਆ ਕਪਿਲ ਜੀ, ਕਿਆ ਇਹ ਕੁਛ ਇਸ਼ਾਰਾ ਕਪਿਲ ਜੀ, ਇਹ ਤਾਂ ਗਵਰਨਮੈਂਟ ਸਿਸਟਮ 'ਚ ਬੜਾ ਕੁਛ ਲੱਗ ਰਿਹਾ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਮੈਂ ਤੁਹਾਡਾ ਕਪਿਲ ਨਰੂਲਾ, ਤੁਹਾਡਾ ਆਪਣਾ ਕਪਿਲ ਨਰੂਲਾ। ਤੁਹਾਨੂੰ ਜਿਵੇਂ ਪਤਾ ਜੀ, ਸਾਰਿਆਂ ਨੂੰ ਬੱਚਿਆਂ ਦੀ ਐਨੀਵਰਸਰੀ ਆ ਤੇ ਆਪਾਂ ਬੱਚਿਆਂ ਲਈ ਇੱਕ ਗਿਫਟ ਪਲਾਨ ਕੀਤਾ ਸੀ। ਬੱਚਿਆਂ ਨੂੰ ਇੱਕ ਛੋਟਾ ਜਿਹਾ ਫਲੈਟ ਲੈ ਕੇ ਦਿੱਤਾ ਜੀ ਚੰਡੀਗੜ੍ਹ, ਨਾਲ ਹੀ ਆਹ ਬੱਚੇ ਆ ਜੀ ਮੇਰੇ, ਲਓ ਜੀ ਇਹਨਾਂ ਨੂੰ ਪਲੋਟ ਮੈਂ ਲੈ ਕੇ ਦਿੱਤਾ, ਮੈਂ ਨੀ ਯਾਨੀ ਕਿ ਪਰਮਾਤਮਾ ਨੇ, ਆ ਉਹਦੀ ਰਜਿਸਟਰੀ ਆ, ਠੀਕ ਆ ਜੀ। ਹੁਣ ਜਿੰਨੇ ਹਾਲ ਦੇ ਅੰਦਰ ਬੈਠੇ ਆ, ਕੋਈ ਵੀ ਗਰੀਬ ਨਹੀਂ ਆ ਤੁਹਾਡੇ ਚੋਂ, ਸ਼ਗਨ ਅੱਜ ਮੈਂ ਮੰਗ ਕੇ ਲੈਣਾ ਤੇ ਡਬਲ ਲੈਣਾ, ਬਟ ਉਹ ਸ਼ਗਨ ਇਹਨਾਂ ਦੋਨਾਂ ਨੂੰ ਦੇਣਾ ਤੁਸੀਂ, ਤੇ ਇਹ ਨਾ ਹੋਵੇ ਤੁਸੀਂ ਅੱਧਾ ਅੱਧਾ ਕੱਢ ਲਓ ਵੀ ਇਹਨਾਂ ਨੂੰ ਹੀ ਦੇਣਾ, ਕਿਹੜਾ ਪਤਾ ਲੱਗਣਾ, ਮੈਂ ਦੇਖ ਲੈਣਾ, ਠੀਕ ਆ। ਮੈਂ ਬਾਅਦ ਫੋਨ ਕਰਕੇ ਲਾਂਬਾ ਵੀ ਦੇਣਾ, ਜਿਹਨੇ 2000 ਦੇਣਾ ਸੀ ਉਹ 5 ਦੇਈਓ, ਜਿਹਨੇ 5 ਦੇਣਾ ਸੀ 10 ਦੇਈਓ, ਜਿਹਦੀ ਵੱਧ ਹੈ ਸੀ ਉਹਦਾ ਵੱਧ ਦੇਈਓ। ਪਲੋਟ ਇਹਨਾਂ ਦੇ ਕੋਲ ਆ ਚੁੱਕਿਆ, ਬਟ ਹੁਣ ਉਹ ਮਹਿੰਗਾ ਜ਼ਿਆਦਾ ਸੀ, ਮੇਰੇ ਕੋਲ ਪਾਉਣ ਦੀ ਹੈਸੀਅਤ ਹੁਣ ਨਹੀਂ, ਹੈਸੀਅਤ ਹੈਗੀ ਆ ਬਟ ਜੀ ਜਾ ਨਹੀਂ ਕਰਦਾ ਹੁਣ ਵੀ ਇਹਨੇ ਦਿੱਤੇ, ਤੇ ਹੁਣ ਮੈਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹਦਾ ਘਰ ਪਾਉਣਾ ਆਪਾਂ, ਸ਼ਗਨ ਤੁਸੀਂ ਜਿਨ੍ਹਾਂ ਨੇ ਵੀ ਦੇਣਾ ਮੈਨੂੰ ਨਹੀਂ ਫੜਾਉਣਾ, ਇਹਨਾਂ ਨੂੰ ਸ਼ਗਨ ਦੇ ਕੇ ਜਾਓ, ਇੱਕ ਇੱਕ ਜਣਾ ਆਓ, ਇਹਨਾਂ ਨੂੰ ਆਸ਼ੀਰਵਾਦ ਵੀ ਦਿਓ ਤੇ ਸ਼ਗਨ ਵੀ ਦਿਓ, ਤੁਸੀਂ ਸੀ ਪਿੱਛੇ ਖੜ ਜਾਓ, ਤੁਹਾਨੂੰ ਮੈਂ ਦੇ ਦੇ ਜਾਈਏ ਜੀ। ਸੋ ਸਾਰੇ ਜਣੇ ਸੋਚਦੇ ਹੋਣਗੇ ਕਿ ਇਹ ਕੌਣ ਨੇ, ਹੈ ਨਾ, ਕੀ ਸਾਡੇ ਕੀ ਲੱਗਦੇ ਨੇ। ਸੋ ਮੈਂ ਤੁਹਾਨੂੰ ਦੱਸਦਾ ਕਿ ਇਹ ਨੂਨੀ ਵੀਰਾ ਵਾ, ਸਾਡੇ ਘਰ ਕੰਮ ਕਰਦੇ ਸੀਗੇ ਅਤੇ ਉਹਨਾਂ ਦੀ ਵਾਈਫ ਆ। ਸੋ ਇਹ 7-8 ਸਾਲਾਂ ਤੋਂ ਸਾਡੇ ਨਾਲ ਆ, ਤੁਸੀਂ ਮੇਰੇ ਵਲੌਗਸ ਵਿੱਚ ਵੀ ਦੇਖਿਆ ਹੋਣਾ ਇਹਨਾਂ ਦੋਨਾਂ ਨੂੰ। ਸੋ ਆਪਾਂ ਪਾਪਾ ਨੇ ਆਪ ਇਹਨਾਂ ਨੂੰ ਪਲਾਟ ਲੈ ਕੇ ਦਿੱਤਾ, ਬਾਕੀ ਜਿੰਨੇ ਵੀ ਹੈਲਪ ਕਰਦੇ ਸੀ, ਜਿੰਨੇ ਸਾਰਾ ਸਰਕਲ ਸੀ ਉਹਨਾਂ ਨੇ ਹੈਲਪ ਕੀਤੀ, ਅਤੇ ਇਹਨਾਂ ਨੂੰ ਆਪਾਂ ਇੱਕ ਪਲਾਟ ਲੈ ਕੇ ਦਿੱਤਾ ਜਿਹਦੇ ਵਿੱਚ ਕਿ ਹੁਣ ਜਿਹੜਾ ਆਪਣਾ ਸ਼ਗਨ ਹੋਊਗਾ ਉਹਦੇ ਨਾਲ ਇਹਨਾਂ ਦਾ ਘਰ ਬਣੂਗਾ। ਸੋ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕਿ ਇਹ ਮੇਰਾ ਇੱਕ ਬ੍ਰਦਰ ਬਣਿਆ ਹੋਇਆ ਵਾ, ਸੋ ਤਾਂ ਕਰਕੇ ਆਪਾਂ ਇਹਨਾਂ ਦੀ ਹੈਲਪ ਕੀਤੀ ਸੀ। ਪਰਮਾਤਮਾ ਵੱਲੋਂ ਉਹਨਾਂ ਨੂੰ ਘਰ ਨਸੀਬ ਨਹੀਂ ਹੁੰਦਾ, ਅਤੇ ਤੁਸੀਂ ਇਸ ਨੋਨੀ ਦੇ ਮਤਲਬ ਭਰਾ ਹੀ ਕਹਾਂਗੇ, ਕਿਉਂਕਿ ਕਪਿਲ ਜੀ ਨੇ ਕਦੀ ਵੀ ਜਿੰਨੇ ਵੀ ਇਹਨਾਂ ਕੋਲ ਲੋਕ ਜੋਬ ਕਰਕੇ ਗਏ ਨੇ ਜਾਂ ਮੇਰੇ ਵਰਗੇ ਲੋਕ ਜੁੜੇ ਨੇ, ਕਦੀ ਵੀ ਕਿਸੇ ਨੂੰ ਨੀਵਾਂ ਜਾਂ ਛੋਟਾ ਮਹਿਸੂਸ ਨਹੀਂ ਹੋਣ ਦਿੱਤਾ। ਔਰ ਇਹ ਤਾਂ ਇੱਕ ਲਾਈਫ ਤੁਹਾਡੇ ਸਾਹਮਣੇ ਮਿਸਾਲ ਹੈ, ਮਿਸਾਲ, ਪਰ ਜੇ ਤੁਸੀਂ ਇਸ ਤੋਂ ਬੈਕ ਤੋਂ ਪਤਾ ਨਹੀਂ ਕਿੰਨੇ ਕੁ ਘਰ ਕਪਿਲ ਨਰੂਲਾ ਫੈਮਿਲੀ ਉਹਨਾਂ ਬੱਚਿਆਂ ਦੇ ਉਹਨਾਂ ਜੋ ਇਹਨਾਂ ਕੋਲ ਜੋਬ ਕਰਕੇ ਗਏ ਨੇ ਉਹਨਾਂ ਦੇ ਪਵਾ ਚੁੱਕੇ ਨੇ, ਅਤੇ ਤੁਸੀਂ ਫੀਲ ਕਰ ਸਕਦੇ ਹੋ ਕਿ ਨੋਨੀ ਦੇ ਲਈ ਇਹ ਕੀ ਮੂਮੈਂਟ ਹੋਊਗੀ।
ਔਰ ਵੀ ਸੁਮੀਰ ਲਈ ਤਾਂ ਛੋਟੀ ਜਿਹੀ ਗੱਲ ਹੋ ਗਈ, ਕਹਿੰਦੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਇੱਕ ਛੋਟਾ ਜਿਹਾ ਫਲੈਟ। ਅੱਛਾ ਸੁਮੀਰ ਉਭਰੇ ਆ ਬੋਲੇ ਤਾਂ ਸਾਰੇ ਉਹ ਜਿਹੜੇ ਚੰਡੀਗੜ੍ਹ 'ਚ ਕੋਈ ਛੋਟੇ ਫਲੈਟ ਵੀ ਕੋਈ ਮਿਲਦੇ ਆ ਕੋਈ 2-4-5 ਲੱਖ ਦੇ ਮਿਲਦੇ ਜੀ ਕੋਈ ਛੋਟਾ ਜਿਹਾ ਫਲੈਟ ਉਹ ਇਹਨੂੰ ਕਹਿੰਦੇ ਆ ਅਮੀਰਾਂ ਦੇ ਤੋਹਫੇ ਸਾਨੂੰ। ਵਾਹ ਜੀ ਵਾਹ ਕਪਿਲ ਜੀ, ਮੈਂ ਜ਼ਰੂਰ ਜਾਊਂਗਾ ਮੈਂ ਤੁਹਾਡੇ ਦੋ ਸ਼ਬਦ ਤੁਸੀਂ ਮਤਲਬ ਜਿੱਦਾਂ ਕਿ ਤੁਹਾਨੂੰ ਜਾਣਦਾ ਵਾਂ ਵੀ ਅੱਜ ਦਾ ਜੋ ਟਾਈਮ ਹੈ ਨਾ ਕਲਯੁਗ ਦਾ, ਮਤਲਬ ਕਲਯੁਗ ਨੂੰ ਸਭ ਤੋਂ ਗੰਦਾ ਗਿਆ ਗਿਆ ਮਤਲਬ ਸੈਲਫੀ, ਬਟ ਉਹਦੇ ਵਿੱਚ ਵੀ ਕਪਿਲ ਅਰੋੜਾ ਜੀ ਵਰਗੇ ਇਨਸਾਨ ਜਿਹਨਾਂ ਦੇ ਸੰਸਕਾਰ ਇਹਨਾਂ ਦੇ ਪਿੰਡਾਂ ਦੇ ਚੱਲਦੇ ਆ ਰਹੇ ਨੇ ਵੀ ਕੀ ਕਪਿਲ ਜੀ ਕੀ ਪਰਮਾਤਮਾ ਨੇ ਤੁਹਾਡੇ ਦਿਲ 'ਚ ਅਸੀਂ ਦਰਿਆ ਦੇ ਲਈ ਪਾਈ ਹੈ ਕਿ ਤੁਸੀਂ ਆਪਣਾ ਛੱਡੋ। ਦੇਖੋ ਕੌਣ ਕਹਿੰਦੇ ਜੀ ਕਿਹਨੂੰ ਪੈਸਾ ਨਹੀਂ ਪਿਆਰਾ, ਬੰਦਾ ਕਹਿੰਦਾ ਜੀ ਗਿਫਟ ਦੇ ਕੇ ਜਾਈਓ, ਪ੍ਰਾਈਜ਼ ਦੇ ਕੇ ਜਾਈਓ ਜਾਂ ਸ਼ਗਨ ਦੇ ਕੇ ਜਾਈਓ, ਬੰਦਾ ਮੰਗੇ ਨਾ ਮੰਗੇ ਇੰਨਾ ਤਾਂ ਪਤਾ ਨਾ ਵੀ ਜਿਹੜੇ ਸਾਰੇ ਆਏ ਆ ਸਾਨੂੰ ਹੀ ਦੇ ਕੇ ਜਾਣਗੇ, ਬਟ ਓਪਨਲੀ ਇਹਨਾਂ ਨੇ ਕਿਹਾ ਕਿ ਸਾਨੂੰ ਸ਼ਗਨ ਨਹੀਂ ਚਾਹੀਦੇ, ਇਹਨਾਂ ਨੂੰ ਦੇਣੇ ਨੇ ਸਾਡੇ ਐਂਡ ਤੋਂ ਲੋਨੀ ਤੇ ਉਹਨੇ ਵਾਈਫ ਨੂੰ। ਬਹੁਤ ਬਹੁਤ ਇਹ ਦੇਖਣ ਦੇ ਵਿੱਚ ਛੋਟੀ ਜਿਹੀ ਗੱਲ ਹੈ, ਬਟ ਤੁਸੀਂ ਇਮੈਜਿਨ ਕਰਕੇ ਦੇਖੋ ਰਿੰਪੀ ਦੀਦੀ ਵੱਲੋਂ 1 ਲੱਖ ਰੁਪਈਆ 1 ਲੱਖ। ਵਾਹ ਜੀ ਵਾਹ, ਜਾਣ ਪਛਾਣ ਹੋਈ ਔਰ ਕਰੋਨਾ ਲੋਕਡਾਊਨ ਜਦੋਂ ਦਾ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਟੂਲ ਟੂਲ ਤੱਕ ਰਿੰਪੀ ਦੀਦੀ ਦਾ ਇੰਨਾ ਕੋਈ ਯੋਗਦਾਨ ਰਿਹਾ, ਇੰਨਾ ਕੋਈ ਯੋਗਦਾਨ ਮੈਂ ਨਹੀਂ ਨਹੀਂ ਤੁਹਾਡੀ ਨਾ ਤੁਹਾਡੇ ਦੱਸ ਸਕਦਾ ਤੇਰਾ ਤੁਸੀਂ ਇੱਥੇ ਹੋ। ਸੋ ਹੇ ਐਵਰੀਵਨ, ਵੈਲਕਮ ਬੈਕ ਟੂ ਮਿਸਟਰ ਮਿਸਿਸ ਨਰੂਲਾ YouTube ਚੈਨਲ। ਪਹਿਲਾਂ ਤਾਂ ਥੈਂਕ ਯੂ ਸੋ ਮੱਚ, ਤੁਸੀਂ ਸਾਨੂੰ ਇੰਨੀ ਸਾਰੀਆਂ ਵਿਸ਼ੇਸ ਦਿੱਤੀਆਂ, ਇੰਨੇ ਸਾਰੇ ਮੈਸੇਜਸ ਆਏ ਸਾਡੀ ਐਨੀਵਰਸਰੀ ਲਈ, ਥੈਂਕ ਯੂ ਸੋ ਮੱਚ। ਐਂਡ ਸਾਨੂੰ ਬਹੁਤ ਸਾਰੇ ਗਿਫਟ ਮਿਲੇ ਆ, ਸੋ ਅੱਜ ਆਪਾਂ ਗਿਫਟ ਓਪਨਿੰਗ ਵਲੌਗ ਬਣਾਉਣ ਲੱਗੇ ਹਾਂ। ਤੁਸੀਂ ਸਾਡੇ ਜਿਹੜੇ ਪੁਰਾਣੇ ਵਲੌਗ ਸੀਗੇ ਐਨੀਵਰਸਰੀ ਦਾ ਪਾਰਟ 1, ਮਹਿੰਦੀ ਐਂਡ ਹੋਰ ਜਿੰਨੀਆਂ ਵੀ ਵਲੌਗਸ ਗਏ ਆ ਪਿੱਛੇ, ਤੁਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ, ਤੁਸੀਂ ਸਾਡੀ ਫੈਮਿਲੀ ਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੰਦੇ ਪਏ ਹੋ। ਸੋ ਅੱਜ ਆਪਾਂ ਦੇਖਦੇ ਹਾਂ ਕੀ ਗਿਫਟ ਦਿੱਤਾ ਸਾਰਿਆਂ ਨੇ। ਸੋ ਸਾਰਿਆਂ ਨੇ ਤੁਹਾਨੂੰ ਪਤਾ ਲੱਗ ਗਿਆ ਵਾ ਕਿ ਕੌਣ ਕੌਣ ਆਇਆ ਸੀ ਐਨੀਵਰਸਰੀ 'ਤੇ। ਸੋ ਜਿਹੜੇ ਆਏ ਸੀ ਐਨੀਵਰਸਰੀ 'ਤੇ ਉਹਨਾਂ ਨੂੰ ਵੀ ਬਹੁਤ ਥੈਂਕ ਯੂ ਸੋ ਮੱਚ, ਤੁਸੀਂ ਆਏ ਉੱਥੇ ਇੰਜੋਏ ਕੀਤਾ ਸਾਰਿਆਂ ਨੇ। ਸੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਗਿਫਟ ਓਪਨਿੰਗ ਵਲੌਗ, ਹੈ ਨਾ? ਚਲੋ, ਸੋ ਪਹਿਲਾਂ ਗਿਫਟ ਕਿੱਥੋਂ ਸ਼ੁਰੂ ਕਰਨਾ ਤੁਸੀਂ ਦੱਸੋ। ਬਾਬੂ ਜਿਨ੍ਹਾਂ ਦੇ ਮੈਸੇਜ ਵੀ ਆਏ ਸੀਗੇ, ਕਈਆਂ ਦੇ ਰਿਪਲਾਈ ਨਹੀਂ ਕੀਤੇ ਗਏ ਬਿਕੋਜ਼ ਅਸੀਂ ਬਹੁਤ ਜ਼ਿਆਦਾ ਬਿਜ਼ੀ ਸੀਗੇ ਫੰਕਸ਼ਨ ਕਰਕੇ। ਤੁਸੀਂ ਇਹਦੀ ਆਵਾਜ਼ ਵੀ ਦੇਖ ਸਕਦੇ ਹੋ, ਇਹਦੀ ਆਵਾਜ਼ ਨਿਕਲਦੀ ਨਹੀਂ ਪਈ, ਦੈਟਸ ਵਾਈ। ਉਹਨਾਂ ਸਾਰੇ ਬਿਮਾਰ ਹੋ ਗਏ ਸੀਗੇ ਉੱਥੋਂ ਆ ਕੇ, ਬਿਕੋਜ਼ ਅਸੀਂ 4 ਵਜੇ ਵਾਪਸ ਆਏ ਘਰੇ ਸਵੇਰ ਦੇ, ਤੇ ਸਾਰੇ ਆ ਕੇ ਮਤਲਬ ਘੰਟਾ ਲੱਗ ਗਿਆ ਸੁੱਤੇ, 5 ਵਜੇ ਫਿਰ ਬਹੁਤ ਲੇਟ ਉੱਠੇ, ਤਾਂ ਅਸੀਂ ਗਿਫਟ ਵਲੌਗ ਵੀ ਬਹੁਤ ਮਤਲਬ ਨੋਰਮਲ ਕੱਪੜਿਆਂ 'ਚ ਸ਼ੂਟ ਕਰ ਰਹੇ ਹਾਂ। ਮਤਲਬ ਕਿ ਇਹ ਹਾਲੇ ਤੱਕ ਨਹਾਤੀ ਵੀ ਨਹੀਂ, ਇਹ ਕਹਿਣਾ ਚਾਹੁੰਦੀ ਆ ਨਹੀਂ ਨਾ ਦੇਖਿਆ ਫੜ ਲਈ ਮੈਂ, ਪਰ ਮੈਂ ਨਹਾਤਾ ਹੋਇਆ, ਮੈਂ ਹੈਡਵਾਸ਼ ਕਰਾਇਆ ਇਸੇ ਤਰ੍ਹਾਂ। ਨਹੀਂ ਨਹੀਂ ਗਾਇਸ, ਮੈਂ ਨਹਾਤਾ ਹੋਇਆ, ਕੋਈ ਗੱਲ ਨਹੀਂ। ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਵਲੌਗ। ਸੋ ਪਹਿਲਾ ਗਿਫਟ ਆਪਾਂ ਸ਼ੁਰੂ ਕਰਦੇ ਹਾਂ, ਪਹਿਲਾ ਗਿਫਟ ਮੈਂ ਕਹਿਣਾ ਚਾਹੁੰਦੀ ਆ ਮੇਰੀ ਮਹਿੰਦੀ ਹੈ, ਜੋ ਕਿ ਮੈਨੂੰ ਗਿਫਟ ਕੀਤੀ ਸੀ ਰਾਇਲ ਵੀਰੇ ਨੇ, ਐਨੀਵਰਸਰੀ ਦਾ ਗਿਫਟ ਦਿੱਤਾ ਉਹਨਾਂ ਨੇ ਮੈਨੂੰ ਮਹਿੰਦੀ ਦਾ। ਸੋ ਮੇਰੀ ਮਹਿੰਦੀ ਦਾ ਕਲਰ ਤੁਸੀਂ ਦੇਖ ਸਕਦੇ ਹੋ, ਤੇ ਜੇ ਕਿਸੇ ਨੇ ਵੀ ਮਹਿੰਦੀ ਲਗਵਾਉਣੀ ਤੁਸੀਂ ਲੁਧਿਆਣੇ ਹੈਗੇ, ਉਹਨਾਂ ਦੀ ਸਾਰੀ ਟੀਮ ਹੈ ਲੁਧਿਆਣੇ, ਬਾਕੀ ਉਹ ਕਾਲ ਕਰੋਗੇ ਉਹ ਘਰ ਆ ਕੇ ਵੀ ਲਾ ਦਿੰਦੇ ਆ। ਰਾਇਲ ਮਹਿੰਦੀ ਆਰਟਸ ਉਹਨਾਂ ਦੇ ਪੇਜ ਦਾ ਨੇਮ ਹੈ। ਗਿਫਟ ਸ਼ੁਰੂ ਕਰਨੇ ਪਹਿਲਾਂ? ਯੈਸ। ਚਲੋ, ਸਾਰਿਆਂ ਨਾਲੋਂ ਪਹਿਲਾ ਗਿਫਟ ਹੈਗਾ ਵਾ ਮੇਰੀ ਪਿਆਰੀ ਜੀ ਭੂਆ ਦਾ। ਯੈਸ, ਮੇਰੀ ਫੇਵਰੇਟ ਭੂਆ ਦਾ। ਸੋ ਉਹ ਮੇਰੀ ਵਾਚ ਉਹ ਪਈ ਦੇਖ ਲਓ, ਇਹ ਜਦੋਂ ਹੀ ਸੌਰੀ ਕੈਮਰਾ ਨਾ ਲਾਇਆ ਕਰਕੇ ਹਲਾਈ ਜਾਂਦਾ। ਘੜੀ ਵਗੈਰਾ ਵੀਅਰ ਨੀ ਕਰਦਾ, ਬਟ ਬੂਆ ਨੇ ਦਿੱਤੀ, ਮੈਨੂੰ ਬਹੁਤ ਵਧੀਆ ਲੱਗੀ ਤੇ ਹੁਣ ਮੈਂ ਵੀਅਰ ਵਗੈਰਾ ਕਰੂੰਗਾ। ਥੈਂਕ ਯੂ ਸੋ ਮਚ ਬੂਆ, ਏਡਾ ਸੋਹਣਾ ਗਿਫਟ ਦੇਣ ਲਈ।
ਤੇ ਰੀਤ ਨੂੰ ਤਾਂ ਉਦੋਂ ਵੀ ਪਾਈ ਅੱਛਾ ਆਲਰੇਡੀ ਪਾ ਲਈ ਸੋ ਇਹਨੂੰ ਮੈਨੂੰ 골ਡ ਦੀ ਰਿੰਗ ਗਿਫਟ ਕੀਤੀ ਸੀਗੀ ਉਹਨਾਂ ਨੇ ਤੇ ਉਹ ਤੋਂ ਇੱਕ ਦਿਨ ਪਹਿਲਾਂ ਜਿਸ ਦਿਨ ਮਹਿੰਦੀ ਵਾਲਾ ਦਿਨ ਸੀ ਉਦੋਂ ਮੈਨੂੰ ਸਿਲਵਰ ਦੀ ਰਿੰਗ ਗਿਫਟ ਕੀਤੀ ਸੀ ਵਿਦ ਗ੍ਰੀਨ ਸਟੋਨ ਤੇ ਬੜੇ ਮੰਮਾ ਨੇ ਮੈਨੂੰ 골ਡ ਦੀ ਤੇ ਸਿਲਵਰ ਦੀ ਪਾਇਲ ਗਿਫਟ ਕੀਤੀ ਸੀ ਇੱਕ ਇੱਕ ਪੈਰ ਲਈ ਥੈਂਕ ਯੂ ਮੈਨੂੰ ਕੱਲੇ ਘੜੀ ਦਿੱਤੀ ਤੁਸੀਂ ਗਲਤ ਗੱਲਾਂ ਹੋ ਗਈਆਂ ਸ਼ਗਨ ਵੀ ਮਿਲੇ ਸੀ ਸ਼ਗਨ ਇਹਨੂੰ ਉਹ ਵੀ ਇਹਨੂੰ ਦੇਤੇ ਵਿਆਹ ਤਾਂ ਮੇਰਾ ਵੀ ਸੀਗਾ ਨਾ ਓਕੇ ਚਲੋ ਥੈਂਕ ਯੂ ਸੋ ਮਚ ਬੁਆ ਸੋ ਅਗਲਾ ਗਿਫਟ ਹੈਗਾ ਵਾ ਪਾਇਲ ਦੀਦੀ ਤੇ ਗੋਲੂ ਦੀਦੀ ਆਏ ਸੀਗੇ ਤੁਸੀਂ ਸਾਰਿਆਂ ਨੇ ਵੀ ਵਲੌਗ 'ਚ ਦੇਖਿਆ ਨਾ ਭਾਬੀ ਸੋਰੀ ਮੈਂ ਭਾਬੀ ਕਹਿੰਦੀ ਹਾਂ ਭਾਬੀ ਆਏ ਸੀਗੇ ਸੋ ਅਰਮਾਨ ਵੀਰਾ ਕਿਤੇ ਬਿਜ਼ੀ ਸੀਗਾ ਤਾਂ ਕਰਕੇ ਉਹ ਆ ਨਹੀਂ ਸਕੇ ਸਾਰਿਆਂ ਦੇ ਕਮੈਂਟ ਆਉਣਗੇ ਕਿ ਅਰਮਾਨ ਨਹੀਂ ਆਇਆ ਅਰਮਾਨ ਵੀਰਾ ਨਹੀਂ ਆਇਆ ਸੋ ਵੀਰਾ ਕਿਤੇ ਗਿਆ ਹੋਇਆ ਸੀਗਾ ਥੋੜ੍ਹਾ ਜਿਹਾ ਬਿਜ਼ੀ ਸੀ ਦੈਟਸ ਵਾਈ ਉਹ ਨਹੀਂ ਆਏ ਮੈਂ ਓਪਨ ਕਰ ਦਿੱਤੀ ਯੈਸ ਉਹਨਾਂ ਨੇ ਗਿਫਟ ਦਿੱਤਾ ਵਾ ਇਹਨੂੰ ਆਲਡੋ ਦਾ ਬੈਗ ਚੱਕੀ ਫਿਰੇ ਆਲਡੋ ਦਾ ਬੈਗ ਨਹੀਂ ਉਹੀ ਹੁੰਦਾ ਨਾ ਵਾਹ 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 ਮੇਰਾ ਮਿਰਰ ਆ ਮਿਰਰ ਮਿਰਰ ਫਰੰਟ ਫਰੰਟ ਮਿਰਰ ਕੰਸੋਲ ਟੇਬਲ ਕਾਈਂਡ ਆਫ ਮਿਰਰ ਹੁਣੇ ਚਲੋ ਦੇਖ ਲੈਨੇ ਆ ਕੀ ਆ ਇਟਸ ਓਕੇ ਦੇਖ ਸਕਦੇ ਆਪਾਂ ਤੇ ਪੌਕੀਆਂ ਲੈਣੀ ਹੈ ਇਹਦੀਆਂ ਦੂ ਰਹਿਣ ਦੇ ਤੁਨਾ ਮੇਰੇ ਨੋ ਲੱਗੇ ਹੋਏ ਟੁੰਡੇ ਹੋਏ ਨੇ ਨੋ ਲਵਾ ਕੇ ਦੇ ਤੁਸੀਂ ਨਹੀਂ ਲਵਾਉਂਦੇ ਕਿ ਹੁਣ ਨਾ ਮੁੰਡਾ ਹੁਣ ਲਵਾਇਆ ਕਰ ਦੀਆਂ ਲਵਾਉਂਦੀਆਂ ਫਿਰ ਇਹਦੇ ਚ ਆਹ ਨਹੀਂ ਤਾਰੋ ਗੁਰਕੀਰਤ ਭਾਬੀ ਤੇ ਇੰਦਰਵੀਰੇ ਉਹਨਾਂ ਨੇ ਤੇ ਬਾਕੀ ਵੀ ਬਹੁਤ ਸਾਰੇ ਬੁਕੇਜ਼ ਆਏ ਸੀ ਮਿਰਜ਼ੇ ਭਾਜੀ ਨੇ ਵੀ ਦਿੱਤਾ ਸੀ ਮੇਰੇ ਹੱਥ ਮੈਨੂੰ ਯਾਦ ਹੈ ਤੇ ਇੱਕ ਕੁਛ ਵੀਰੇ ਨੇ ਵੀ ਦਿੱਤਾ ਸੀ ਸਾਨੂੰ ਚਾਚੀ ਜਿਹੜੇ ਮੇਕਅਪ ਆਰਟਿਸਟ ਹੁਣ ਉਹ ਵੀ ਲੈ ਕੇ ਆਏ ਸੀਗੇ ਹਾਂਜੀ ਹਾਂਜੀ ਤੇ ਹੁਣ ਮੈਨੂੰ ਯਾਦ ਨਹੀਂ ਕਿਹੜਾ ਕਿਹਨੇ ਦਿੱਤਾ ਪ੍ਰੋ ਟੀਵੀ ਪ੍ਰੋ ਟੀਵੀ ਪ੍ਰੋ ਟੀਵੀ ਪ੍ਰੋ ਟੀਵੀ ਵਾਲੇ ਬਾਕੀ ਮੈਨੂੰ ਯਾਦ ਨਹੀਂ ਕਿ ਹੋਰ ਕਿਹਨੇ ਕਿਹਨੇ ਇੱਕ ਆਈ ਥਿੰਕ ਅਮਨ ਵੀਰਾ ਵੀ ਬੁਕੇ ਲੈ ਕੇ ਆਇਆ ਸੀਗਾ ਲਾਈਕ ਬਹੁਤ ਸਾਰੇ ਬੁਕੇ ਆਏ ਆ ਸੋ ਹੁਣ ਇੱਥੇ ਨਾਮ ਤਾਂ ਬਹੁਤ ਸਾਰੇ ਬੁਕੇਸ ਨੇ ਤੁਸੀਂ ਦੇਖ ਸਕਦੇ ਸੀ ਇੱਕ ਦਿਨ ਬਾਅਦ ਵਲੌਗ ਸ਼ੂਟ ਕਰ ਰਹੇ ਆ ਰੋਜ਼ਸ ਸਾਰਾ ਕੁਝ ਮੁਰਝਾ ਚੁੱਕੇ ਆ ਤੇ ਬਹੁਤ ਪਿਆਰੇ ਸਭ ਨੇ ਇੰਨੀਆਂ ਰੀਝਾਂ ਨਾਲ ਤਿਆਰ ਕਰਵਾਏ ਇੰਨੇ ਕਿਊਟ ਕਿਊਟ ਲੱਗ ਰਹੇ ਆ ਨਾ ਯੈਸ ਥੈਂਕ ਯੂ ਸੋ ਮਚ ਸੋ ਆਹ ਵਾਲਾ ਬਾਕਸ ਆਇਆ ਹੈਗਾ ਮੇਰੇ ਮਾਸੀ ਜੀ ਆਏ ਨਹੀਂ ਸੀਗੇ ਬਿਕੋਜ਼ ਆਸਟ੍ਰੇਲੀਆ ਗਏ ਹੋਏ ਆ ਤੇ ਉਹਨਾਂ ਨੇ ਫੋਨਸ ਐਂਡ ਪੈਟਲਸ ਤੋਂ ਆਰਡਰ ਹੋ ਜਾਂਦਾ ਆਈ ਥਿੰਕ ਤੇ ਉਹਨਾਂ ਨੇ ਉੱਥੇ ਡਿਲੀਵਰ ਕਰਵਾਇਆ ਸੀ ਸਾਡੇ ਸਾਡੀ ਜਿਹੜੀਆਂ ਫੇਵਰੇਟ ਚਾਕਲੇਟਸ ਆ ਨਾ ਜਿਵੇਂ ਹਾਂ ਐਂਡ ਬੁਕੇ ਵੀ ਸੀਗੇ ਇੱਕ ਕਿਟਕੈਟ ਬਹੁਤ ਖਾਂਦੀ ਆ ਡੈਰੀ ਮਿਲਕ ਵੀ ਖਾਂਦੀ ਮੈਂ 5 ਸਟਾਰ ਖਾਂਦੀ ਹਾਂ ਪਹਿਲਾਂ ਨਹੀਂ ਖਾਂਦੀ ਸੀ ਹੁਣ ਖਾਂਦੀ ਆ ਸੋ ਉਹ ਸਾਰੀਆਂ ਚਾਕਲੇਟਸ ਮਾਸੀ ਨੇ ਭੇਜੀਆਂ ਥੈਂਕ ਯੂ ਸੋ ਮੱਚ ਸੋਹਣਾ ਜਿਹਾ ਪਿਆਰਾ ਜਿਹਾ ਗਿਫਟ ਭੇਜਣ ਲਈ ਆਪ ਤਾਂ ਤੁਹਾਡੇ ਤੋਂ ਆਇਆ ਨਹੀਂ ਗਾ ਓਕੇ ਬਟ ਇਹਨੂੰ ਭੇਜਿਆ ਥੈਂਕ ਯੂ ਸੋ ਮੱਚ ਇਹਦੇ ਉੱਤੇ ਲਿਖਿਆ ਹੋਇਆ ਸੇਠੀ ਫੈਮਿਲੀ ਬਟ ਸਾਡੇ ਦੋ ਤਿੰਨ ਆ ਸੇਠੀ ਫੈਮਿਲੀ ਬਹੁਤ ਸਾਰੇ ਸੋ ਇਹ ਗੈਸ ਕਰਨਾ ਥੋੜਾ ਔਖਾ ਹੈ ਬਟ ਆਪਾਂ ਇਹਨੂੰ ਖੋਲਦੇ ਆ ਖੋਲ ਕੇ ਗੈਸ ਹੋ ਸਕਦਾ ਹੈ ਗੈਸ ਕਰ ਸਕਦੇ ਆ ਵੀ ਕੀ ਹੈ ਵਿੱਚ ਨਹੀਂ ਗੈਸ ਇਦਾਂ ਨਹੀਂ ਹੈ ਖੋਲ ਕੇ ਮੈਂ ਦੱਸ ਦੂੰਗਾ ਕਿ ਕਿਹਨੇ ਕੀ ਦਿੱਤਾ ਚਾਉਲਾ ਡਰੈਸਸ ਕਿਡਸ ਕਲੈਕਸ਼ਨ ਹੈ ਇਹ ਆਪਣੇ ਗਿਫਟ ਹੈ ਮੈਨੂੰ ਲੱਗਦਾ ਆਉਣ ਵਾਲੀ ਜਨਰੇਸ਼ਨ ਨੂੰ ਗਿਫਟ ਦੇਣਾ ਅੱਛਾ ਨਹੀਂ 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 ਸਾਡੇ ਹੀ ਹੈ ਇਹਦੇ ਅੰਦਰ ਹੈਗਾ ਆਈ ਥਿੰਕ ਕੋਟ ਪੈਂਟ ਦਾ ਕਪੜਾ
ਲੋਕ ਆਏ ਅੱਜ ਆਪਾਂ ਕੁਛ ਨਾ ਕੁਛ ਖਾ ਲਈਏ ਨਾਈਸ ਟ੍ਰੇ ਬਹੁਤ ਸੋਹਣਾ ਬਹੁਤ ਸੋਹਣਾ ਥੈਂਕ ਯੂ ਸੋ ਮਚ ਆ ਕੀ ਚੀਜ਼ ਹੈ ਓਕੇ ਸਾਲਟ ਐਂਡ ਪੈਪਰ ਲਈ ਹੈ ਹਾਂ ਮੈਨੂੰ ਨਹੀਂ ਸੀ ਪਤਾ ਥੈਂਕ ਯੂ ਸੋ ਮਚ ਥੈਂਕ ਯੂ ਸੋ ਇਹ ਵਾਲੇ ਗਿਫਟ ਹੈਗੇ ਆ ਪ੍ਰਾਚੀ ਦੀ ਉਹਨਾਂ ਦਾ ਮੇਕਅਪ ਸਟੂਡੀਓ ਆ ਐਂਡ ਪੁਨੀਸ਼ ਵੀਰਾ ਜਲੰਧਰ ਦੇ ਵਿੱਚ ਉਹਨਾਂ ਦਾ ਹੈ ਇਮੀਗ੍ਰੇਸ਼ਨ ਤੇ ਪ੍ਰੋ ਟੀਵੀ ਯੈਸ ਸੋ ਉਹਨਾਂ ਦਾ ਗਿਫਟ ਆ ਦੇਖਦੇ ਆ ਉਹਨਾਂ ਨੇ ਹਰ ਇੱਕ ਬਾਕਸ ਤੇ ਵੀ ਲਿਖਿਆ ਤਾਂ ਕਿ ਜੇ ਆ ਮਿਸਪਲੇਸ ਹੋ ਗਿਆ ਤਾਂ ਬਾਕਸ ਰਵੇ ਓਏ ਹੋਏ ਮੈਂ ਪਹਿਲਾਂ ਆ ਖੋਲ ਰਹੀ ਆ ਤੇ ਕੋਚ ਬਣਿਆ ਬੈਗ ਇਹਨੂੰ ਬੈਗ ਬਹੁਤ ਮਿਲਦੇ ਆ ਲੈ ਥੈਂਕ ਯੂ ਬਹੁਤ ਸੋਹਣਾ ਬਲੂ ਕਲਰ ਆਈ ਲਵ ਬੈਗਸ ਮੇਰੇ ਕੋ ਬਹੁਤ ਸਾਰੇ ਬੈਗਸ ਹਨ ਮੈਨੂੰ ਬਹੁਤ ਸ਼ੌਂਕ ਹੈ ਬੈਗਸ ਦਾ ਥੈਂਕ ਯੂ ਸੋ ਮਚ ਬਹੁਤ ਸੋਹਣਾ ਗਿਫਟ ਮਿਲਿਆ ਥੈਂਕ ਯੂ ਸੋ ਮਚ ਥੈਂਕ ਯੂ ਸੋ ਅਗਲਾ ਗਿਫਟ ਹੈਗਾ ਵਾ ਇੱਥੇ ਲਿਖਿਆ ਹੋਇਆ ਵਾ ਗੌਰਵ ਸਿਸਟਰ ਮਖੂ ਸੋ ਆਪਾਂ ਖੋਲ ਕੇ ਦੇਖਦੇ ਨੇ ਆਪਾਂ ਨੂੰ ਕੀ ਦਿੱਤਾ ਵਾ ਰੂਮ ਚ ਰੱਖਾਂ ਕਿਉਂਕਿ ਸਾਨੂੰ ਇਹਦੀ ਲੋੜ ਸੀਗੀ ਅਸੀਂ ਆਪਦੇ ਡਰਾਈ ਫਰੂਟ ਸੋ ਮੈਨੇ ਡਿਫਰੈਂਸ ਪਏ ਸਾਡੇ ਸੋ ਇਹਦੇ ਚ ਰੱਖਾਂਗੇ ਇਹਦੀ ਇਮੇਜ ਬਣੀ ਹੋਈ ਤਾਂ ਆਪਾਂ ਖੋਲਾਂਗੇ ਨਹੀਂ ਅਜੇ ਇਮੇਜ ਬਹੁਤ ਸੋਹਣੀ ਬਣੀ ਹੈ ਥੈਂਕ ਯੂ ਸੋ ਜਿੰਨੇ ਵੀ ਗਿਫਟ ਰਹਿ ਗਏ ਮੈਂ ਬਿਨਾਂ ਦੇਖੇ ਗੈਸ ਕਰ ਸਕਦੀ ਇਹਨਾਂ ਚ ਬੈੱਡ ਸ਼ੀਟਸ ਜਾਂ ਬਲੈਂਕਟਸ ਨੇ ਹਾਂ ਸੋ ਪਹਿਲਾਂ ਆਪਾਂ ਖੋਲ ਲੈਣਾ ਅਮਰਦਾਬ ਦਾ ਅਮਰਦਾਬ ਦਾ ਇਹ ਚ ਏਸੀ ਸ਼ੀਟ ਹੈ ਪਿੰਕ ਕਲਰ ਦੀ ਹਾਂ ਟੂ ਕਲਰ ਦੀ ਲੈ ਕੇ ਆਇਆ ਐਕਚੁਅਲੀ ਹੁਣ ਸਾਡੇ ਘਰ ਐਨੀਵਰਸਰੀ ਟਾਈਮ ਗੈਸਟ ਬਹੁਤ ਆ ਗਏ ਸੀਗੇ ਤੇ ਸਾਡਾ ਕੰਬਲਾ ਦਾ ਘਾਟਾ ਪੈ ਗਿਆ ਸੋ ਗਿਫਟ ਦੇ ਵਿੱਚ ਪੂਰੇ ਹੋ ਗਏ ਅੱਗੇ ਤੋਂ ਐਨੀਵਰਸਰੀ ਵੇਖਾਂਗੇ ਕੰਬਲਾ ਦਾ ਘਾਟਾ ਨਹੀਂ ਪਊਗਾ ਹਨਾ ਸੋ ਇਹ ਵੀ ਬਹੁਤ ਸੋਹਣੀ ਬੈੱਡ ਸ਼ੀਟ ਤੇ ਨਾਲ ਇਹਦੇ ਏਸੀ ਸ਼ੀਟ ਆ ਸੋ ਬਹੁਤ ਸੋਹਣੀ ਮੈਂ ਇਹਨੂੰ ਖੋਲੂੰਗਾ ਨਹੀਂ ਬਹੁਤ ਪੈਕ ਕਰਨੀ ਬਹੁਤ ਔਖੀ ਹੈ ਨਾ ਬਟ ਇਹਦੇ ਤੇ ਕੋਈ ਲਿਖਿਆ ਹੋਇਆ ਸੀ ਫਰੋਮ ਅਸ਼ੋਕ ਅੱਛਾ ਇਹ ਮੇਰੇ ਦਾਦਾ ਜੀ ਦੇ ਬ੍ਰਦਰ ਮਤਲਬ ਕਿ ਮੇਰੇ ਅਸੀਂ ਮੈਂ ਉਹਨਾਂ ਨੂੰ ਵੀ ਚਾਚਾ ਪਾਪਾ ਹੀ ਹੈ ਨਾ ਉਹਨਾਂ ਨੂੰ ਵੀ ਮੈਂ ਤੇ ਮੇਰੇ ਪਾਪਾ ਦੇ ਚਾਚਾ ਜੀ ਹਨਾ ਅਸ਼ੋਕ ਪਾਪਾ ਉਹਨਾਂ ਨੇ ਦਿੱਤਾ ਬਹੁਤ ਸੋਹਣਾ ਕਲਰ ਇਹ ਪੜਨਾ ਹੀ ਨਹੀਂ ਆਇਆ ਸਿਰਫ ਅਸ਼ੋਕ ਪੜ ਪਾਈ ਮੈਂ ਲਿਖਿਆ ਨਹੀਂ ਹੋਇਆ ਤੇ ਇਹ ਵਾਲਾ ਮੈਨੂੰ ਲੱਗਦਾ ਹੈ ਸਮੀਰ ਵੀਰ ਦੇ ਵੱਲੋਂ ਆ ਕਾਰਡ ਲਾਇਆ ਹੋਇਆ ਵੀ ਖਾਲੀ ਹੈ ਬਟ ਇਹ ਕੰਮ ਨਹੀਂ ਲੈ ਕੇ ਸਮੀਰ ਵੀਰ ਦਾ ਹੀ ਗਿਫਟ ਹੈ ਇੱਥੇ ਵੀ ਕੁਝ ਲਿਖਿਆ ਹੋਇਆ ਸਾਨੂੰ ਇਹ ਵੀ ਨਹੀਂ ਪਤਾ ਕੀ ਦਾ ਪਰ ਆਪਾਂ ਖੋਲ ਕੇ ਦੇਖ ਰਹੇ ਹਾਂ ਸਰਦੀਆਂ ਦੇ ਵਿੱਚ ਕੰਬਲਾਂ ਦੇ ਪੈਸੇ ਲਾਉਣੇ ਨੀ ਪੈਣੇ ਜਿਸ ਹਿਸਾਬ ਨਾਲ ਆਪਾਂ ਨੂੰ ਗਿਫਟ ਮਿਲਿਆ
ਸੋ ਅਸੀਂ ਸੇਲ ਵੀ ਕਰ ਸਕਦੇ ਹਾਂ। ਨਹੀਂ ਨਹੀਂ ਸੇਲ ਨਹੀਂ ਕਰਾਂਗੇ ਕਿਸੇ, ਅਸੀਂ ਨਹੀਂ ਸੇਲ ਕਰਾਂਗੇ, ਮਤਲਬ ਕਿ ਅਸੀਂ ਆਉਂਦੇ ਨਹੀਂ। ਮੈਂ ਉਦਾਂ ਕਹਿ ਰਹੀ ਵੀ 1, 2, 3, 4 ਆ ਪਤਾ ਨਹੀਂ ਕੀ ਆ ਹੁਣ। ਸੋ ਇਹ ਸਾਨੂੰ ਦਿੱਤਾ ਹੋਇਆ ਵਾ, ਇਹਨੂੰ ਇਹ ਦਿੱਤਾ ਹੋਇਆ ਵਾ ਉਹਨਾਂ ਨੇ ਰੁਚੀ ਐਂਡ ਬੰਟੀ, ਮਤਲਬ ਕਿ ਜਿਹੜੇ ਅਰੋੜਾ ਫੈਮਿਲੀ ਪਹਿਲਾਂ ਗਿਫਟ ਲਾਂ ਕੇ ਗਿਆ, ਇਹਦੇ ਚ ਕਰੋਕਰੀ ਹੈ। ਸੋ ਨੌਨਸਟਿਕ ਕੁੱਕਵੇਅਰ 5-layer ਕੋਕ, ਮੇਨਲੀ ਜਿਹੜਾ ਇਹ ਗਿਫਟ ਹੈ ਨਾ, ਇਹ ਸਾਨੂੰ ਨਹੀਂ ਮੰਮਾ ਪਾਪਾ ਨੂੰ ਮਿਲਿਆ ਗਿਆ, ਕਿਉਂਕਿ ਮੰਮਾ ਪਾਪਾ ਯੂਜ਼ ਕਰਦੇ ਆ। ਸੋ ਥੈਂਕ ਯੂ ਸੋ ਮਚ ਸਾਡੇ ਨਾਲ ਨਾਲ ਉਹਨਾਂ ਨੂੰ ਵੀ ਗਿਫਟ ਦੇਣ ਲਈ। ਸੋ ਇਹ ਸੀਗਾ ਆਪਣਾ ਲਾਸਟ ਗਿਫਟ। ਨਹੀਂ ਮੇਰਾ ਅਜੇ ਪਿਆ ਇੱਕ, ਕਿਹੜਾ ਚੇਤਨਾ ਮਿਲਿਆ ਤਾਂ ਮੈਂ ਖੋਲੇ ਨਹੀਂ, ਸਾਈਡ ਤੇ ਰੱਖਿਆ। ਹਾਏ ਇਹਦੇ ਖੋਲੇ ਨਹੀਂ, ਕਿੱਦਾਂ ਦੀ ਦੇਖੀ ਆ ਰਹੀ ਵੀ ਵਾਚ, ਮੈਨੂੰ ਪਤਾ ਨਾ ਕੀ ਹੈ। ਸੋ ਮੈਂ ਓਕੇ, ਇੱਕ ਲਾਸਟ ਗਿਫਟ ਰਹਿ ਗਿਆ ਸਾਡਾ ਜਮਾ, ਇਹਦਾ ਵੀ ਕੇਕ ਕੇਕ ਹੈਗਾ ਗਿਫਟ, ਤੇ ਇਹ ਆਇਆ ਹੈਗਾ ਸ਼ੂਗਰ ਡ੍ਰੀਮਸ 17। ਸੋ ਜਿਹੜਾ ਸਾਡਾ ਐਨੀਵਰਸਰੀ ਦਾ ਕੇਕ ਸੀ ਜੋ ਤੁਸੀਂ ਦੇਖਿਆ ਸੀ, ਉਹ ਵੀ ਇਹਨਾਂ ਵੱਲੋਂ ਗਿਫਟ ਸੀਗਾ, ਸ਼ੂਗਰ ਡ੍ਰੀਮਸ 17। ਸੋ ਜਿਹੜਾ ਇਹ ਵਾਲਾ ਗਿਫਟ ਹੈ ਨਾ, ਉਹਨਾਂ ਨੇ ਸਪੈਸ਼ਲੀ ਰੀਤ ਲਈ ਬਣਵਾਇਆ ਸੀਗਾ, ਸਪੈਸ਼ਲੀ ਕਹਿੰਦੇ ਕਿ ਜਿਹੜਾ ਐਨੀਵਰਸਰੀ ਤੇ ਤਾਂ ਜਿਹੜਾ ਕੱਟਿਆ ਕੱਟਿਆ, ਬਟ ਉਹ ਕਹਿੰਦੇ ਕਿ ਅਸੀਂ ਮੈਂ ਇਹ ਸਪੈਸ਼ਲੀ ਰੀਤ ਤੇ ਸੈਮ ਦੀ ਬਣਾਇਆ, ਇਹ ਚ ਮੈਦਾ ਨਹੀਂ ਹੈਗਾ, ਹਾਂ ਬਿਨਾਂ ਮੈਦੇ ਤੋਂ ਇਹ ਨਹੀਂ ਬਣਾਇਆ, ਇਹ ਨਹੀਂ ਬਣਾਇਆ। ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਨਾ, ਗੁੱਡ ਨਿਊਜ਼ ਯੂ ਨੋ ਐਵਰੀਵਨ ਹੈ ਨਾ, ਗੁੱਡ ਨਿਊਜ਼ ਆਉਣ ਵਾਲੀ ਬਹੁਤ ਜਲਦੀ, ਤੁਹਾਨੂੰ ਅਸੀਂ ਡੇਟ ਹਾਲੇ ਨਹੀਂ ਰਿਵੀਲ ਕਰਾਂਗੇ। ਸੋ ਤਾਂ ਕਰਕੇ ਇਹ ਰੀਤ ਲਈ ਭੇਜਿਆ ਗਿਆ ਕੇਕ, ਇਹ ਖਾਊਗੀ। ਐਂਡ ਜਿਹੜੀ ਸਾਡੇ ਮਤਲਬ ਸਾਨੂੰ ਡ੍ਰੌਪ ਕਰਨ ਆਈ ਸੀ ਜੀ ਵੈਗਨ, ਉਹ ਵੀ ਰਾਇਲ ਲਿਮੋਜ਼ ਵਾਲਿਆਂ ਵੱਲੋਂ ਆਈ ਸੀਗੀ, ਉਹ ਵੀ ਸਾਨੂੰ ਬਹੁਤ ਵਧੀਆ ਗਿਫਟ ਲੱਗਿਆ ਉਹਨਾਂ ਨੂੰ। ਤੇ ਜੇ ਤੁਸੀਂ ਵੀ ਕਿਸੇ ਨੇ ਆਪਦੀ ਵੈਡਿੰਗ ਲਈ ਕੋਈ ਕਾਰ ਬੁੱਕ ਕਰਨੀ ਹੈ, ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਜੀ। ਤੇ ਹੁਣ ਆਪਾਂ ਖੋਲਦੇ ਆ ਅਮੂਲਿਆ ਚੇਤਨ ਦਾ ਗਿਫਟ, ਇਹ ਸਾਡਾ ਲਾਸਟ, ਮੈਂ ਪੜੂੰਗਾ ਬਈ। ਓਕੇ, ਉਹਨਾਂ ਨੇ ਲਿਖਿਆ ਰੀਤਸ ਦੁਲਹਨਸ ਸ਼ਿੰਗਾਰ ਬਾਕਸ, ਅੱਛਾ, ਇਹ ਸਟੇ ਟੂਗੇਦਰ ਆਲਵੇਸ, ਹੈਪੀ ਐਨੀਵਰਸਰੀ, ਲਵ ਬਰਡਸ। ਓਕੇ, ਉਹਨਾਂ ਨੇ ਇਹ ਵੀ ਲਿਖਿਆ ਯੂਜ਼ them ਟੂ ਇਨਹੈਂਸ ਯੂਰ ਬਿਊਟੀ ਫॉर ਸੈਮ, ਅੱਛਾ। ਉਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਵੀ ਅਸੀਂ ਸੈਮ ਲਈ ਗਿਫਟ ਨਹੀਂ ਭੇਜਾਂਗੇ, ਬਿਕੋਜ਼ ਸੈਮ ਉਹਨਾਂ ਦੇ ਕੰਮ ਨਹੀਂ ਕਰਵਾਉਂਦੇ। ਯਾਰ ਹੁਣ ਦੇਖੋ, ਇੱਕ ਬੰਦਾ ਮੈਨੂੰ ਕਹਿੰਦਾ ਵਾ ਮੈਨੂੰ DOP ਚਾਹੀਦਾ ਨਾ, ਉਹ ਆਪਦੇ ਕੰਮ ਦੀ ਗੱਲ ਕਰਦੇ ਸੀ, ਹੁਣ ਐਟ ਅ ਟਾਈਮ ਮੈਂ ਕਿੱਥੋਂ ਕਰਕੇ ਦਵਾਂ, ਹਨਾ, ਤਾਂ ਮੇਰੇ ਹੱਥ 'ਚ ਵੀ ਹੈ ਨਹੀਂ ਕਿ ਮੈਂ ਖੋਲਾਂ, ਮੈਂ ਐਕਸਾਈਟਿਡ ਹਾਂ। ਆਫ ਕੋਰਸ ਖੋਲ। ਸੋ ਆਈ ਗਾਟ ਦਿਸ ਬਿਊਟੀਫੁਲ ਮਸਕਾਰਾ Maybelline ਦਾ, ਐਂਡ ਆਈ ਗਾਟ ਦਿਸ ਬਿਊਟੀਫੁਲ ਪਤਾ ਨਹੀਂ ਕੀ ਲਵ ਸਟੋਰੀ, ਨਹੀਂ ਦਿਸ ਇਜ਼ ਨਾਈਟ ਬਲੂਮਿੰਗ ਬਾਡੀ ਵਾਸ਼, ਅੱਛਾ, ਇਹ ਹੈਗਾ ਕਿ ਮੇਰੇ ਕਾ, ਮੈਨੂੰ ਹੁਣ ਪ੍ਰੋਨਾਉਂਸ ਨਹੀਂ ਕਰਨਾ ਆਉਂਦਾ ਸਹੀ, ਸਕ੍ਰੰਚੀਜ਼ ਐਂਡ ਗਾਰਨੀਅਰ ਦਾ ਬ੍ਰਾਈਟ ਕੰਪਲੀਟ ਨਾਈਟ ਸੀਰਮ, ਬਿਕੋਜ਼ ਚੇਤਨਾ ਨੂੰ ਪਤਾ ਕਿ ਮੈਨੂੰ ਕਿਹੜੀ ਚੀਜ਼ ਮੇਰੀ ਸਕਿਨ ਲਈ ਠੀਕ ਹੈ, ਸੋ ਉਹ ਅੱਛੀ ਹੈ ਸਕਿਨ ਦੇ ਰਿਲੇਟਡ ਕੁਝ ਵੀ ਦੱਸਣ ਲਈ। ਯਾਰ ਮੈਂ ਹੱਥ ਨਹੀਂ ਲਾਉਣਾ, ਮੇਰਾ ਬਾਕਸ ਹੈ ਯਾਰ, ਮੈਨੂੰ ਸੱਚੀ ਨਹੀਂ ਕੁਝ ਦਿੱਤਾ ਉਹਨਾਂ ਨੇ ਯਾਰ, ਨਹੀਂ ਯਾਰ, ਇਟ ਡਸਨਟ ਲੁੱਕ ਨਾਈਸ, ਨੋ ਇਟ ਲੁੱਕ ਪ੍ਰੀਟੀ ਨਾਈਸ। ਸੋ ਆ ਲਿਪ ਸ਼ੇਡਸ Maybelline ਦੀਆਂ ਵੀ ਮੈਨੂੰ ਬਹੁਤ ਅੱਛੀਆਂ ਲੱਗਦੀਆਂ, ਐਂਡ ਦਿਸ ਕਾਜਲ ਐਂਡ Ipsy Beauty, I think ਇਹ ਵੀ ਆ ਸ਼ਿਮਰ ਹੈ ਇਹਦੇ ਚ, ਐਂਡ ਦ ਬੈਸਟ ਪਾਰਟ, ਫੇਵਰੇਟ ਚੀਜ਼, ਗੁੱਡ ਗਰਲਸ, ਇਹਦੇ ਕੋਲ ਇੱਕ ਪਹਿਲਾਂ ਵੀ ਸੀਗਾ ਬਟ ਉਹ ਸ਼ਾਇਦ ਖਤਮ ਹੋ ਗਿਆ ਸੀ, ਹਨਾ। ਇਹ ਬੈਸਟ ਸੈਂਟ ਹੈ ਇਹਦੇ ਚ, ਜਿਹੜੇ ਵੀ ਗੁੱਡ ਗਰਲ ਦੇ ਪਰਫਿਊਮ ਹੈ ਜਾਂ ਕੈਰੋਲੀਨਾ ਹਰੇਰਾ ਦੇ, ਉਹਦੇ ਚ ਆ ਬੈਸਟ ਨੇ ਪਿੰਕ ਪਿੰਕ। ਥੈਂਕ ਯੂ ਸੋ ਮਚ ਚੇਤਨਾ, ਥੈਂਕ ਯੂ ਸੋ ਮਚ ਚੇਤਨਾ, ਇਹਦੇ ਵੱਲੋਂ ਮੇਰੇ ਵੱਲੋਂ ਨਹੀਂ, ਮੈਂ ਤਾਂ ਗੁੱਸੇ ਹੀ ਹਾਂ ਤੁਹਾਡੇ ਨਾਲ, ਕੋਈ ਨਾ ਹੁਣ ਮੈਂ ਤੁਹਾਡੇ ਜਮਾ ਨਹੀਂ ਕੋਈ ਕੰਮ ਕਰਨਾ, ਤੁਹਾਡੇ ਨਾਲ ਗੁੱਸੇ ਨਹੀਂ, ਹਾਂ ਮੈਂ ਤੁਹਾਡਾ ਕੋਈ ਕੰਮ ਨਹੀਂ ਕਰਵਾਇਆ ਕਰਨਾ। ਸੋ ਇਹ ਸੀਗੇ ਸਾਡੇ ਸਾਰੇ ਗਿਫਟ। ਹਾਂ ਬਟ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦੀ ਹਾਂ, ਸਾਨੂੰ ਬਹੁਤ ਸਾਰੇ ਸ਼ਗਨ ਵੀ ਮਿਲੇ ਸੀਗੇ, ਆਲਮੋਸਟ ਸਾਰਿਆਂ ਨੇ ਸ਼ਗਨ ਹੀ ਦਿੱਤੇ ਸੀਗੇ, ਉਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੇ ਵਲੌਗ ਦੇਖਿਆ ਕਿ ਜਿਨ੍ਹਾਂ ਦਾ ਮਤਲਬ ਜਿਨ੍ਹਾਂ ਨੂੰ ਅਸੀਂ ਪਲੌਟ ਗਿਫਟ ਕੀਤਾ,
ਸੋ ਉਹਨਾਂ ਦਾ ਘਰ ਵੀ ਬਣਵਾਉਣਾ ਸੀ, ਉਹਨਾਂ ਦੇ ਕੋਲ ਸਿਰਫ ਪਲੋਟ ਸੀ ਹੁਣ ਛੋਟਾ ਜਿਹਾ ਤੇ ਘਰ ਨਹੀਂ ਸੀਗਾ। ਸੋ ਆਪਾਂ ਜਿੰਨਾ ਵੀ ਸ਼ਗਨ ਆਇਆ ਸੀ ਡਾਇਰੈਕਟਲੀ ਉਹਨਾਂ ਦੇ ਹੱਥ 'ਚ ਹੀ ਦੇਈਏ, ਸਾਰਾ ਸ਼ਗਨ ਇਨਡਾਇਰੈਕਟ ਵਿੱਚ ਉਹਨਾਂ ਸਾਰਿਆਂ ਵੱਲੋਂ ਇੱਕ ਹੈਲਪ ਹੋ ਗਈ ਸਾਰਾ ਕੁਛ ਕੀ। ਮੇਰੇ ਇੱਕ ਮਾਸੀ ਜੀ ਆ ਸਿੰਗਾਪੁਰ ਤੋਂ, ਉਹਨਾਂ ਨੇ 1,00,000 ਰੁਪਇਆ ਦਿੱਤਾ ਉਹਨਾਂ ਨੂੰ ਹੈਲਪ ਲਈ, ਸਾਨੂੰ ਸ਼ਗਨ ਪਾਉਣਾ ਸੀ ਉਹਨਾਂ ਨੇ, ਬਟ ਪਾਪਾ ਨੇ ਕਿਹਾ ਕਿ ਅਸੀਂ ਸ਼ਗਨ ਨੀ ਲੈਣਾ ਇਸ ਵਾਰ, ਆਪਾਂ ਉਹਨਾਂ ਦਾ ਘਰ ਬਣਵਾਉਣਾ ਵਾ, ਤਾਂ ਕਰਕੇ ਆਪਾਂ ਸਾਰਾ ਜਿੰਨਾ ਵੀ ਸ਼ਗਨ ਸੀਗਾ ਸਾਡੇ ਕੋਲੇ ਅਮੁੱਲਿਆ ਉਹਨਾਂ ਨੇ 40,000 ਉਹਨਾਂ ਨੂੰ ਦਿੱਤਾ, ਮਾਸੀ ਨੇ 1,00,000 ਰੁਪਇਆ ਦਿੱਤਾ। ਐਂਡ ਲਿਟਰਲੀ ਮੈਨੂੰ ਪ੍ਰਾਊਡ ਫੀਲ ਹੋਇਆ ਕਿ ਮੇਰੇ ਫਰੈਂਡਸ ਅੱਛੇ ਆ। ਸਾਰਿਆਂ ਨੇ ਜਿੰਨਾ ਵੀ ਹੋ ਸਕਿਆ, ਜਿੰਨਾ ਤੋਂ ਕਿਸੇ ਨੇ 1,000, 2,000, 5,000 ਜਿੰਨਾ ਜਿੰਨਾ ਵੀ ਦਿੱਤਾ, ਥੈਂਕ ਯੂ ਸੋ ਮਚ ਕਿ ਚਲੋ ਉਹਨਾਂ ਦਾ ਵੀ ਇੱਕ ਘਰ ਬਣ ਗਿਆ ਤੇ ਆਪਾਂ ਨੂੰ ਦੁਆ ਵੀ ਲੱਗੀ। ਤੇ ਅੱਜ ਦਾ ਜਿਹੜਾ ਵਲੌਗ ਸੀ ਇਹੀ ਸੀਗਾ, ਤੇ ਸਾਰੇ ਗਿਫਟ ਸੀ ਬਹੁਤ ਹੀ ਵਧੀਆ ਸੀਗੇ, ਥੈਂਕ ਯੂ ਸੋ ਮਚ, ਇੱਦਾਂ ਹੀ ਸਾਨੂੰ ਪਿਆਰ ਕਰਦੇ ਰਹੋ ਤੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ, ਕਿਉਂਕਿ ਇਹੋ ਜਿਹੇ ਵਲੌਗ ਆਉਣੇ ਰਹਿਣੇ ਆ। ਥੈਂਕ ਯੂ ਸੋ ਮਚ, ਬਾਏ ਬਾਏ।